My dear colleagues and dear students, good morning to all of you. Students, today's root word of the day is uni. Uni means one. We had done it yesterday. Uni means one. Sure. And the sentence of the day is, India is a land of unity in diversity. Diversity hunda vibhinnata te unity hunda ekta. ਇੰਡੀਆ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਜਾਤਾਂ ਦੇ ਅਲੱਗ ਭਾਸ਼ਾ ਬੋਲਣ ਵਾਲੇ ਵਿਅਕਤੀ ਰਹਿੰਦੇ ਹਨ ਲੇਕਿਨ ਫਿਰ ਵੀ ਭਾਰਤ ਦੇ ਵਿੱਚ ਆਓ ਰਿਲੇਟਿਡ ਵਰਡਸ ਫਸਟ ਵਰਡ ਇਜ਼ ਯੂਨੀਕੋਰਨ ਕਿਆ ਫਸਟ ਵਰਡ ਹੈ ਯੂਨੀਕੋਰਨ ਹਾਂਜੀ ਯੂਨੀ ਦਾ ਮਤਲਬ ਹੈ ਵਨ ਔਰ ਕੋਰਨ ਜਿਹੜਾ ਹੈ ਸੀ ਓ ਆਰ ਐਨ ਕੋਰਨ ਜਿਹੜਾ ਕੋਰਨ ਵਰਡ ਹੈ ਉਹ ਲੈਟਿਨ ਭਾਸ਼ਾ ਦੇ ਕੋਰਨਸ ਤੋਂ ਬਣਿਆ ਹੋਇਆ ਹੈ ਤੇ ਇਸ ਦਾ ਮਤਲਬ ਹੈ ਹੌਰਨ ਆਰਐਨ ਜਿਹਨੂੰ ਸਿੰਘ ਕਹਿੰਦੇ ਹਨ ਯੂਨੀਕੋਰਨ ਮਤਲਬ ਇੱਕ ਸਿੰਘ ਵਾਲਾ ਇਹ ਇੱਕ ਤਰ੍ਹਾਂ ਦਾ ਇੱਕ ਹਾਰਸ ਹੁੰਦਾ ਸੀ ਜੋ ਕਿ ਮਿਥੋਲੋਜੀਕਲ ਜਿਹੜੀਆਂ ਸਟੋਰੀਜ਼ ਹੈ ਉਹਨਾਂ ਦੇ ਵਿੱਚ ਆਉਂਦਾ ਸੀ ਯੂਨੀਕੋਰਨ ਠੀਕ ਹੈ ਸੈਕਿੰਡ ਵਰਡ ਹੈ ਯੂਨੀ ਸੈਲੂਲਰ ਯੂਨੀ ਇਜ਼ ਵਨ ਐਂਡ ਸੈਲੂਲਰ ਇਜ਼ ਕੰਸਿਸਟਿੰਗ ਆਫ ਸੈਲਸ ਸੈਲਸ ਤੋਂ ਬਣਿਆ ਹੋਇਆ ਉਸਨੂੰ ਸੈਲੂਲਰ ਕਹਿੰਦੇ ਹਨ ਤੇ ਯੂਨੀ ਹੈ ਵਨ ਮਤਲਬ ਇੱਕ ਸੈੱਲ ਤੋਂ ਬਣਿਆ ਹੋਇਆ ਅਮੀਬਾ ਤੁਸੀਂ ਸਾਇੰਸ ਸਟੂਡੈਂਟਸ ਹੈ ਸਾਰਿਆਂ ਨੇ ਸਾਇੰਸ 10th ਤੱਕ ਪੜ੍ਹੀ ਹੋਈ ਹੈ ਤੁਸੀਂ ਜਾਣਦੇ ਹੋਵੋਗੇ ਪੜ੍ਹਿਆ ਹੋਏਗਾ ਅਮੀਬਾ ਜਿਹੜਾ ਅਮੀਬਾ ਹੈ ਦੈਟ ਇਜ਼ ਅ ਯੂਨੀ ਸੈਲੂਲਰ ਆਰਗੇਨਿਜ਼ਮ ਇੱਕ ਸੈੱਲ ਤੋਂ ਬਣਿਆ ਹੋਇਆ ਜੋ ਹੈ ਇੱਕ ਕੋਸ਼ਿਕਾ ਤੋਂ ਬਣਿਆ ਹੋਇਆ ਆਰਗੇਨਿਜ਼ਮ ਹੈ ਉਸਨੂੰ ਕਹਿੰਦੇ ਹਨ ਅਮੀਬਾ ਸੈਕਿੰਡ ਵਰਡ ਬੋਲੋ ਯੂਨੀ ਸੈਲੂਲਰ ਸੈਕਿੰਡ ਵਰਡ ਕਿਆ ਹੈ ਕੱਲ ਅਸੀਂ ਵਰਡ ਪੜਿਆ ਸੀ ਯੂਨੀਫਾਰਮ ਯੂਨੀਫਾਰਮਿਟੀ ਉਸਦੇ ਨਾਲ ਹੀ ਬਣਿਆ ਹੈ ਯੂਨੀਫਾਰਮਿਟੀ ਦਾ ਮਤਲਬ ਹੈ ਆਫ ਯੂਨੀਫਾਰਮ ਜਾਂ ਕੁਆਲਿਟੀ ਆਫ ਬੀਇੰਗ ਯੂਨੀਫਾਰਮ ਮਤਲਬ ਇੱਕ ਸਾਰਤਾ ਹੋਣਾ ਯੂਨੀਫਾਰਮ ਦਾ ਮਤਲਬ ਹੁੰਦਾ ਸੀ ਇੱਕ ਸਾਰ ਤੇ ਯੂਨੀਫਾਰਮਿਟੀ ਦਾ ਮਤਲਬ ਹੋਏਗਾ ਇੱਕ ਸਾਰਤਾ ਹੋਣਾ ਜਿਸ ਤਰ੍ਹਾਂ ਇੱਕ ਟੀਚਰ ਕਲਾਸਰੂਮ ਦੇ ਵਿੱਚ ਜਦੋਂ ਹੋਮਵਰਕ ਅਸਾਈਨ ਕਰਦਾ ਹੈ ਬੱਚਿਆਂ ਨੂੰ ਹੋਮਵਰਕ ਦਿੰਦਾ ਹੈ ਤਾਂ ਉਸਦੇ ਉਹ ਸਾਰੇ ਬੱਚਿਆਂ ਵਾਸਤੇ ਇੱਕੋ ਹੀ ਹੋਮਵਰਕ ਹੁੰਦਾ ਹੈ ਇਸ ਤਰ੍ਹਾਂ ਥੋੜ੍ਹੀ ਹੁੰਦਾ ਕਿ ਪੰਜ ਬੱਚਿਆਂ ਨੂੰ ਹੋਰ ਰੁਪਏ ਦੇ ਦਿੱਤਾ ਪੰਜ ਨੂੰ ਹੋਰ ਰੁਪਏ ਦੇ ਦਿੱਤਾ ਇਸ ਤਰ੍ਹਾਂ ਨਹੀਂ ਨਾ ਹੁੰਦਾ ਤੇ ਜਦੋਂ ਉਹ ਇੱਕੋ ਹੀ ਹੋਮਵਰਕ ਸਾਰੇ ਬੱਚਿਆਂ ਨੂੰ ਦਿੰਦਾ ਹੈ ਇਸ ਦਾ ਮਤਲਬ ਹੈ ਉਹ ਹੋਮਵਰਕ ਅਸਾਈਨ ਕਰਨ ਦੇ ਵਿੱਚ ਕੀ ਹੈ ਯੂਨੀਫਾਰਮਿਟੀ ਹੈ ਐਂਡ ਦਾ ਲਾਸਟ ਵਰਡ ਇਜ਼ ਯੂਨੀ ਡਾਇਰੈਕਸ਼ਨਲ ਯੂਨੀ ਦਾ ਮਤਲਬ ਹੈ ਵਨ ਡਾਇਰੈਕਸ਼ਨ ਕਿਹਨੂੰ ਕਹਿੰਦੇ ਹਨ ਦਿਸ਼ਾ ਡਾਇਰੈਕਸ਼ਨ ਕੀ ਹੈ ਦਿਸ਼ਾ ਯੂਨੀ ਡਾਇਰੈਕਸ਼ਨਲ ਦਾ ਮਤਲਬ ਹੈ ਮੂਵਿੰਗ ਟੂ ਅ ਸੇਮ ਡਾਇਰੈਕਸ਼ਨ ਇੱਕੋ ਡਾਇਰੈਕਸ਼ਨ ਦੇ ਵਿੱਚ ਚੱਲਣਾ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਦੋ ਪੈਰਲਲ ਟਰੈਕਸ ਹੈ ਦੋ ਟਰੈਕਸ ਹੈ ਰੇਲਵੇ ਟਰੈਕਸ ਉਸ ਦੇ ਵਿੱਚ ਦੋਨਾਂ ਵਿੱਚ ਗੱਡੀਆਂ ਜਾ ਰਹੀਆਂ ਦੋਨਾਂ ਵਿੱਚ ਟ੍ਰੇਨਸ ਜਾ ਰਹੀਆਂ ਤਾਂ ਮਤਲਬ ਉਹ ਦੋਨੋਂ ਜਿਹੜੀਆਂ ਟ੍ਰੇਨਸ ਹੈ ਉਹ ਯੂਨੀ ਡਾਇਰੈਕਸ਼ਨਲ ਹਨ ਮਤਲਬ ਇੱਕੋ ਦਿਸ਼ਾ ਦੇ ਵਿੱਚ ਜਾ ਰਹੀਆਂ ਹਨ ਸਮਝ ਆ ਗਿਆ ਬੇਟਾ ਤੇ ਅੱਜ ਦਾ ਜਿਹੜਾ ਪੰਜਾਬੀ ਦਾ ਵਰਡ ਹੈ ਉਹ ਹੈ ਜਨਮ ਸਾਖੀ ਇਹਦੇ ਵਿੱਚ ਜਨਮ ਜਿਹੜਾ ਵਰਡ ਹੈ ਉਸਦਾ ਮਤਲਬ ਪੈਦਾਇਸ਼ ਨਹੀਂ ਹੈ ਜਨਮ ਦਾ ਮਤਲਬ ਹੈ ਪੂਰਾ ਜੀਵਨ ਤੇ ਸਾਖੀ ਜਿਹੜਾ ਸ਼ਬਦ ਹੈ ਉਹ ਸੰਸਕ੍ਰਿਤ ਦੀ ਭਾਸ਼ਾ ਦੇ ਸਾਕਸ਼ੀ ਵਰਡ ਤੋਂ ਲਿਆ ਗਿਆ ਹੈ ਔਰ ਸਾਕਸ਼ੀ ਦਾ ਮਤਲਬ ਹੈ ਅੱਖਾਂ ਨਾਲ ਦੇਖਣਾ ਗਵਾਹ ਹੋਣਾ ਮਤਲਬ ਕਿਸੇ ਚੀਜ਼ ਦੀ ਸਾਕਸ਼ੀ ਹੋਣਾ ਕਿਸੇ ਚੀਜ਼ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਉਸਨੂੰ ਕਹਿੰਦੇ ਹਨ ਸਾਕਸ਼ੀ ਤੇ ਜਨਮ ਸਾਕਸ਼ੀ ਜਨਮ ਸਾਖੀ ਦਾ ਮਤਲਬ ਹੋਏਗਾ ਕਿ ਅਸੀਂ ਕਿਸ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਹੈ ਇਹ ਵਰਡ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੀ ਜੋ ਪਰਸਨੈਲਿਟੀ ਰਹੀ ਹੈ ਉਹਨਾਂ ਦੀ ਜਿਹੜੀ ਵਿਚਾਰਧਾਰਾ ਰਹੀ ਹੈ ਉਸ ਦਾ ਗਵਾਹ ਹੋਣਾ ਉਸਨੂੰ ਜਿਸ ਨੇ ਅੱਖਾਂ ਆਪਣੇ ਅੱਖਾਂ ਤੋਂ ਦੇਖਿਆ ਹੈ ਉਸਨੂੰ ਜਨਮ ਸਾਖੀ ਕਹਿੰਦੇ ਹਨ ਤੇ ਪੰਜਾਬੀ ਸਾਹਿਤ ਦੇ ਵਿੱਚ ਜਿਹੜੀ ਜਨਮ ਸਾਖੀਆਂ ਹੈ ਉਹ ਵਾਰਤਕ ਰੂਪ ਦੇ ਵਿੱਚ ਮਿਲਦੀਆਂ ਹਨ ਤੇ ਜਿਹੜੀਆਂ ਮੋਸਟ ਫੇਮਸ ਸਾਖੀਆਂ ਹਨ ਉਹਨਾਂ ਵਿੱਚੋਂ ਹਨ ਪੁਰਾਤਨ ਜਨਮ ਸਾਖੀ ਜਾਂ ਇੱਕ ਭਾਈ ਮਣੀ ਸਿੰਘ ਦੀ ਜਨਮ ਸਾਖੀ ਹੈ ਬਾਲੇ ਦੀ ਵਾਲੀ ਜਨਮ ਸਾਖੀ ਹੈ ਇਹ ਸਾਰੀਆਂ ਜਨਮ ਸਾਖੀਆਂ ਬਹੁਤ ਹੀ ਪ੍ਰਚਲਿਤ ਹਨ ਤੇ ਅੱਜ ਦਾ ਪੰਜਾਬੀ ਦਾ ਵਰਡ ਕੀ ਹੈ ਜਨਮ ਸਾਖੀ ਥੈਂਕ ਯੂ ਹੈਵ ਅ ਨਾਈਸ